ਹਾਂਜੀ ਸਤਿ ਸ਼੍ਰੀ ਅਕਾਲ ਜੀ ਕੱਦਾਂ ਮੇਰੇ ਭੈਣ ਭਰਾ ਸਾਰੇ ਕੈਂਡਿਓ ਆਈ ਹੋਪ ਕਿ ਤੁਸੀਂ ਸਾਰੇ ਕੈਂਡਿ ਹੋਵੋਗੇ ਤੇ ਅੱਜ ਦੀ ਵੀਡੀਓ ਆਪਾਂ ਟੈਕਸ ਦੇ ਉੱਤੇ ਲੈ ਕੇ ਆਏ ਆ ਕਿ ਆਪਣੇ ਵੀਰ ਬਹੁਤ ਮੈਸੇਜ ਕਰਦੇ ਆ ਕਿ ਵੀਰ ਜੇ ਅਸੀਂ ਮੰਨ ਲਓ TCRC ਕਾਰਡ ਅਪਲਾਈ ਕਰਾਉਣਾ ਆ ਪੁਰਤਕਾਲ ਦੇ ਵਿੱਚ ਤੇ ਸਾਨੂੰ ਕਿੰਨੇ ਟੈਕਸਾਂ ਦੀ ਲੋੜ ਪਾਊਗੀ ਜਾਂ ਅਸੀਂ ਪਾਸਪੋਰਟ ਐਪਲਾਈ ਕਰਾਉਣਾ ਤੇ ਕਿੰਨੇ ਟੈਕਸਾਂ ਦੀ ਲੋੜ ਪਾਉਗੀ ਵੱਖ-ਵੱਖ ਤਰ੍ਹਾਂ ਦੇ ਇੱਥੇ ਆਪਣੀਆਂ ਵੀਡੀਓ ਬਣਾਈਆਂ ਹੋਈਆਂ ਆਪਣੇ ਭਰਾਵਾਂ ਨੇ ਸੋ ਇਸ ਵੀਡੀਓ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸੂਗਾ ਕਿੰਨੇ ਟੈਕਸ ਪੇ ਕਰਨੇ ਪੈਣੇ ਕਿੰਨਾ ਕੰਟਰੈਕਟ ਕਿੱਦਾਂ ਚਾਹੀਦਾ ਕੀ ਹਿਸਾਬ ਕਿਤਾਬ ਆ ਸੋ ਵੀਡੀਓ ਨੂੰ ਫੁੱਲ ਦੇਖਿਓ ਫੇਰ ਹੀ ਜਿਹੜੀ ਕਿ ਇਨਫਾਰਮੇਸ਼ਨ ਪੂਰੀ ਤੁਹਾਡੇ ਤੱਕ ਪਹੁੰਚੂਗੀ ਤਾਂ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਚਲੋ ਤੁਹਾਡਾ ਬਹੁਤਾ ਟਾਈਮ ਨਾਲ ਲੈਂਦੇ ਤੇ ਵੀਡੀਓ ਨੂੰ ਕਰਦੇ ਆ ਸਟਾਰਟ ਜਿੱਦਾਂ ਕਿ ਯਾਰ ਉਹ ਆਪਾਂ ਨੂੰ ਮੈਸੇਜ ਬਹੁਤ ਆਉਂਦੇ ਕਿਉਂਕਿ ਆਪਣੇ ਵੀਰ ਭਰਾਵਾਂ ਨੂੰ ਇਹ ਨਹੀਂ ਪਤਾ ਹੁੰਦਾ ਟੈਕਸ ਕਿੰਨੇ ਜਾਂਦੇ ਆ ਤੇ ਕਿੰਨੇ ਨਹੀਂ ਜਾਂਦੇ ਦੇਖੋ ਨਾਰਮਲੀ ਜਿਹੜਾ ਕਿ ਪ੍ਰੋਸੈਸ ਟਾਈਮ ਹੁੰਦਾ ਸੀਗਾ ਪਹਿਲਾਂ ਪੁਰਤਕਾਲ ਦੇ ਵਿੱਚ ਉਹ ਹੁੰਦਾ ਸੀਗਾ 6 ਮਹੀਨਿਆਂ ਦਾ ਹਨਾ ਕਿ 6 ਮਹੀਨੇ ਬਾਅਦ ਤੁਸੀਂ ਆਪਣੀ TCR ਕਾਰਡ ਲੈ ਸਕਦੇ ਹੋ ਹੁਣ ਟੈਕਸ ਕਿੰਨੇ ਜਾਂਦੇ ਆ ਟੈਕਸ ਹੁਣ ਇਹ ਹੁੰਦਾ ਵਾ ਕਿ ਮਿਨੀਮਮ ਤੁਹਾਨੂੰ 6 ਟੈਕਸ ਜਿਹੜੇ ਜ਼ਰੂਰੀ ਆ ਠੀਕ ਹੈ ਤੇ ਜਿਹੜੇ ਵੀਰ ਆਪਣੇ ਹੁੰਦੇ ਆ ਦੂਸਰੇ ਜਿਹਨਾਂ ਅਨਲੀਗਲ ਉਹਨਾਂ ਨੂੰ 12 ਟੈਕਸ ਜਿਹੜੇ ਕਿ ਜ਼ਰੂਰੀ ਹੁੰਦੇ ਆ ਹੁਣ ਹੁਣ ਇਹ ਆ ਕਿ ਜਦੋਂ ਤੁਸੀਂ ਆਪਣੇ ਬਾਇਓਮੈਟਰਿਕ ਲਈ ਜਾਣਾ ਮੈਂ ਜਾਂ ਤੁਸੀਂ ਆਪਣਾ ਜਦੋਂ ਤੁਸੀਂ TCRC ਕਾਰਡ ਵਾਸਤੇ ਜਾਣਾ ਹੈ ਲੈਣ ਤੁਹਾਨੂੰ ਉਦੋਂ ਤੱਕ ਜਿਹੜੇ ਕਿ ਟੈਕਸ ਦੇਣੇ ਜ਼ਰੂਰੀ ਆ ਇਹ ਨਹੀਂ ਹੈਗਾ ਪੁਰਤਕਾਲ ਦੇ ਵਿੱਚ ਜਿੱਦਾਂ ਤੁਸੀਂ ਕਈ ਕਹਿ ਲੈਂਦੇ ਵੀਰ ਮੇਰੇ ਆ ਕਿ ਅਸੀਂ ਟੈਕਸ ਜਿੱਦਾਂ ਮਲਾ ਜਿਹਾ ਨੂੰ TCRC ਕਾਰਡ ਮਿਲ ਗਿਆ ਤੇ ਅਸੀਂ ਉਸ ਤੋਂ ਬਾਅਦ ਜਿਹੜੇ ਟੈਕਸ ਦੇਣੇ ਬੰਦ ਕਰ ਦੇਣੇ ਆ ਜਾਂ ਕਿੱਦਾਂ ਆ ਸੋ ਵੀਰ ਮੇਰੇਓ ਜੇ ਤੁਸੀਂ ਪੁਰਤਕਾਲ ਦੇ ਵਿੱਚ ਆ ਕੇ ਆਪਣਾ ਪ੍ਰੋਸੈਸ ਸਟਾਰਟ ਕੀਤਾ ਹੋਇਆ ਉਸ ਦਿਨ ਤੋਂ ਲੈ ਕੇ ਜਦੋਂ ਤੁਹਾਡਾ ਕੰਟਰੈਕਟ ਲੱਗ ਗਿਆ ਉਸ ਤੋਂ ਬਾਅਦ ਤੁਹਾਨੂੰ ਜਦੋਂ ਤੱਕ TCRC ਕਾਰਡ ਨਹੀਂ ਮਿਲਦਾ ਉਦੋਂ ਤੱਕ ਤੁਹਾਨੂੰ ਟੈਕਸ ਜਿਹੜੇ ਕੀ ਦੇਣੇ ਪੈਣੇ ਆ ਉਸ ਤੋਂ ਬਾਅਦ ਵੀ ਜਿਹੜੇ ਕੀ ਤੁਹਾਨੂੰ ਟੈਕਸ ਦੇਣੇ ਹੀ ਪੈਣੇ ਆ ਜੋ ਤੱਕ ਤੁਹਾਡਾ ਪਾਸਪੋਰਟ ਤੱਕ ਤੁਸੀਂ ਪਹੁੰਚਦੇ ਨਹੀਂ ਹੈਗੇ ਨੈਸ਼ਨੈਟੀ ਤੱਕ ਕਿਉਂਕਿ ਜਦੋਂ ਤੁਸੀਂ ਰੀਨਿਊ ਕਰਵਾਉਣਾ ਜਾਂ ਆਪਣਾ ਪਾਸਵਰਡ ਜਦੋਂ ਤੁਸੀਂ ਆਪਣਾ TCRC ਕਾਰਡ ਲੈਣ ਜਾਣਾ ਉੱਥੇ ਸਭ ਤੋਂ ਪਹਿਲਾਂ ਤੁਹਾਡੇ ਉਹਨਾਂ ਨੇ ਦੇਖਣਾ ਹੁੰਦਾ ਕਿ ਬੰਦਾ ਕੰਮਕਾਰ ਕੀ ਕਰਦਾ ਪਿਆ ਇਹ ਕਿਹੜੀ ਫਰਮ ਦੇ ਵਿੱਚ ਕੰਮ ਕਰਦਾ ਪਿਆ ਵਾ ਤੇ ਕਿਹੜੇ ਕਿਹੜਾ ਕੰਟਰੈਕਟ ਲੱਗਾ ਹੋਇਆ ਇਹਦਾ ਕਿਉਂਕਿ ਜੇ ਤੁਹਾਡਾ ਕੰਟਰੈਕਟ ਲੱਗਾ ਹੋਊਗਾ ਤੇ ਟੈਕਸ ਜਿਹੜੇ ਆ ਉਹ ਆਟੋਮੈਟਿਕਲੀ ਜਿਹੜੇ ਕਿ ਹਰ ਮਹੀਨੇ ਤੁਹਾਡੀ ਸੈਲਰੀ ਦੇ ਵਿੱਚੋਂ ਕੁਝ ਪਰਸੈਂਟ ਮਾਲਕ ਪੇ ਕਰਦਾ ਹੁੰਦਾ ਵੈ ਤੇ ਕੁਝ ਪਰਸੈਂਟ ਜਿਹੜੇ ਕਿ ਅਸੀਂ ਪੇ ਕਰਨੇ ਹੁੰਦੇ ਆ ਉਹ ਜਿਹੜੇ ਕਿ ਆਪਣੇ ਕਟਾਉਂਦੇ ਰਹਿੰਦੇ ਆ ਤੇ ਉਹ ਟੈਕਸ ਜਿਹੜੇ ਹਰ ਮਹੀਨੇ ਹੀ ਜਾਣੇ ਜਾਣੇ ਆ ਚਾਹੇ ਤੁਹਾਡਾ ਕਾਰਡ ਚਾਹੇ ਤੁਹਾਡੇ ਫਿੰਗਰ 2 ਸਾਲ ਬਾਅਦ ਹੋਵੋ ਤੁਸੀਂ ਪੱਕੇ ਚਾਹੇ ਤੁਸੀਂ 1.5 ਸਾਲ ਬਾਅਦ ਪੱਕੇ ਹੋਵੋ ਉਹ ਜਿਹੜੇ ਤੁਹਾਡੇ ਟੈਕਸ ਆ ਉਹ ਤੁਹਾਡੇ ਜਾਣੇ ਹੀ ਜਾਣੇ ਆ ਉਹ ਬੰਦ ਨਹੀਂ ਹੋਣੇ ਇਹ ਜ਼ਿਆਦਾਤਰ ਆਪਣੇ ਵੀਰ ਜਿਹੜੇ ਆਪਣੇ ਬਾਹਰ ਬੈਠੇ ਆ ਜਿਹੜੇ ਇੱਧਰ ਉੱਧਰ ਕਰਕੇ ਜਿਹੜਾ ਟੈਕਸ ਪਾਉਂਦੇ ਆ ਉਹ ਜ਼ਿਆਦਾਤਰ ਇਹ ਚੀਜ਼ ਪੁੱਛਦੀ ਆ ਦੇਖੋ ਵੀਰ ਮੇਰੇਓ ਟੈਕਸ ਉਦੋਂ ਤੱਕ ਜਾਣੇ ਜਦੋਂ ਤੱਕ ਤੁਹਾਡਾ ਪਾਸਪੋਰਟ ਅਪਲਾਈ ਨਹੀਂ ਹੁੰਦਾ ਦੇਖੋ ਪਾਸਪੋਰਟ ਜਦੋਂ ਤੁਹਾਡੇ ਨੂੰ ਨੈਸ਼ਨੈਟੀ ਮਿਲ ਜਾਵੇ ਉਸ ਤੋਂ ਬਾਅਦ ਥੋੜਾ ਹੋ ਜਾਂਦਾ ਆ ਕਿ ਥੋੜੇ ਟੈਕਸ ਦੇਣੇ ਪੈਂਦੇ ਪਰ ਦੇਣੇ ਉਦੋਂ ਵੀ ਪੈਂਦੇ ਜਦੋਂ ਤੁਸੀਂ ਕੰਮ ਕਰੋਗੇ ਪੁਰਤਗਾਲ ਦੇ ਵਿੱਚ ਤਾਂ ਤੁਹਾਨੂੰ ਜਿਹੜੇ ਕਿ ਟੈਕਸ ਆਟੋਮੈਟਿਕਲੀ ਤੁਹਾਨੂੰ ਦੇਣੇ ਹੀ ਪੈਣੇ ਆ ਤੇ ਦੇਣੇ ਵੀ ਉਦੋਂ ਤੱਕ ਪੈਣੇ ਆ ਜਦੋਂ ਤੱਕ ਤੁਹਾਡਾ ਪਾਸਪੋਰਟ ਨਹੀਂ ਅਪਲਾਈ ਹੁੰਦਾ ਸੋ ਵੀਰ ਮੇਰੇਓ ਕਈ ਵੀਰ ਇਹ ਵੀ ਪੁੱਛਦੇ ਆ ਕਿ ਜੇ ਵੀਰ ਮੇਰੇ ਆ ਸਾਡੇ ਟੈਕਸਾਂ ਦੇ ਵਿੱਚ ਗੈਪ ਹੋਵੇ ਤੇ ਕਿੰਨਾ ਹੋਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਿੰਨਾ ਵੀਰ ਮੇਰੇ ਉਹ ਜੇ ਤੁਸੀਂ ਪੁਰਤਗਾਲ ਦੇ ਵਿੱਚੋਂ ਤੇ ਜੇ ਮੰਨ ਲਓ ਤੁਹਾਡਾ ਕੰਮ ਸੇ ਕੰਮ ਜੇ ਤੁਸੀਂ ਇੱਕ ਵਾਰੀ ਕੰਟਰੈਕਟ ਲਵਾਇਆ ਦੂਸਰੀ ਵਾਰੀ ਤੁਹਾਡਾ 5-6 ਮਹੀਨੇ ਦਾ ਜਿਹੜਾ ਕਿ ਰੀਜ਼ਨ ਪੈ ਗਿਆ ਦੇਖੋ 5-6 ਮਹੀਨੇ ਬਹੁਤ ਜ਼ਿਆਦਾ ਹੋ ਜਾਂਦੀ ਆ ਟੈਕਸ ਗੈਪ ਦੇ ਵਿੱਚ ਘੱਟੋ ਘੱਟ ਜੇ ਮੰਨ ਲਓ ਤੁਸੀਂ 3 ਜਾਂ 4 ਮਹੀਨੇ ਜਿੱਦਾਂ ਹੈਗਾ ਆ ਤੁਹਾਡਾ ਚੱਲ ਪੈਂਦਾ ਆ 3-4 ਮਹੀਨੇ ਹੁੰਦਾ ਬੰਦਾ ਕਹਿੰਦਾ ਮੈਨੂੰ ਕੰਮ ਨਹੀਂ ਮਿਲਿਆ ਮੈਂ ਜਾਂ ਗਿਆ ਸੀਗਾ ਉਥੇ ਇਦਾਂ ਹੋ ਗਿਆ ਉਦਾਂ ਹੋ ਗਿਆ ਜਾਂ ਮੈਂ ਬਿਮਾਰ ਸੀਗਾ ਜਾਂ ਕਿੱਦਾਂ ਸੀਗਾ ਠੀਕ ਨਹੀਂ ਸੀਗਾ ਕੰਮ ਚੱਲ ਪੈਂਦਾ ਪਰ ਜਦੋਂ ਜੇ ਤੁਸੀਂ ਮੰਨ ਲਓ ਤੁਸੀਂ ਕਹੋਗੇ ਕਿ ਤੁਸੀਂ ਲੰਮੇ ਟਾਈਮ ਲਈ ਗੈਪ ਪਾ ਦੋ ਉਹਦੇ ਵਿੱਚ ਚੰਗਾ ਨਹੀਂ ਹੈਗਾ ਹਨਾ ਤੁਸੀਂ ਆਪਣੇ ਕੰਟਰੈਕਟ ਲਵਾਓ ਆਪਣੇ ਕੰਮਕਾਰ ਕਰੋ ਠੀਕ ਹੈ ਜੀ ਉਸ ਤੋਂ ਉੱਤੇ ਇਹ ਹੁੰਦਾ ਵੈ ਕਿ ਜਿਹੜੇ ਕਿ ਜਦੋਂ ਆਪਾਂ ਪੁਰਤਗਿਸ਼ੀ ਫਰਮ ਦੇ ਵਿੱਚ ਕਿਤੇ ਵੀ ਕੰਮ ਕਰਦੇ ਆ ਉਹ ਕੀ ਕਰਦੇ ਆ ਖੁਦ ਆਪਣੇ ਵੱਲੋਂ ਜਿੱਦਾਂ ਕਈ ਕੀ ਹੁੰਦੀ ਹੈ ਕਈ ਫਰਮਾ ਹੁਣ ਜਿੱਦਾਂ ਮੇਰੀ ਫਰਮ ਹੈ ਮੇਰੇ ਕੋਲ ਕੁਝ ਵੀ ਨਹੀਂ ਲੈਂਦੇ ਟੈਕਸ ਹਨਾ ਜਿੱਦਾਂ ਮਤਲਬ ਕਿ ਉਹ ਸਾਰਾ ਹੀ ਆਪਣੇ ਕੋਲੋਂ ਪੇ ਕਰਦੇ ਆ ਤੇ ਮੈਨੂੰ ਕੋਈ ਕੋਈ ਵੀ ਕੋਈ ਵੀ ਪਰਸੈਂਟ ਨਹੀਂ ਭਰਨਾ ਪੈਂਦਾ ਸੋ ਕਈ ਐਹੋ ਜੀਆਂ ਫਰਮਾਂ ਵੀ ਵਧੀਆ-ਵਧੀਆ ਹੈਗੀਆਂ ਆ ਤੇ ਕੁਝ ਆਪਣੇ ਹੁਣ ਭੈਣ ਭਰਾ ਵੀ ਹੈਗੇ ਜਿਹੜੇ ਖੁਦ ਟੈਕਸ ਵੀ ਪੇ ਕਰਦੇ ਉਹ ਵੀ ਤੁਹਾਨੂੰ ਪਤਾ ਹੈ ਕਿ ਕਿਦਾਂ ਕੀ ਸਿਸਟਮ ਹੈ ਇੱਥੇ ਸੋ ਵੀਰ ਮੇਰੇ ਟੈਕਸ ਜਿਹੜੇ ਆ ਉਹ ਖੁਦ ਦੇਣੇ ਹੀ ਪੈਣੇ ਆ ਤੁਹਾਨੂੰ ਜੇ ਤੁਸੀਂ ਪੇਪਰ ਗਾਂ ਤੋਂ ਗਾਂ ਰੀਨਿਊ ਲੈਣਾ ਆ ਉਹਦੇ ਵਿੱਚ ਤੁਹਾਨੂੰ ਕੰਟਰੈਕਟ ਦੀ ਵੀ ਲੋੜ ਪੈਣੀ ਆ ਉਹਦੇ ਵਿੱਚ ਤੁਹਾਨੂੰ ਟੈਕਸਾਂ ਦੀ ਲੋੜ ਵੀ ਪੈਣੀ ਆ ਠੀਕ ਹੈ ਜੀ ਜੇ ਤੁਸੀਂ ਪੁਰਤਕਾਲ ਦੇ ਵਿੱਚ ਰਹਿਣਾ ਆ ਜੇ ਮੰਨ ਲਓ ਤੁਸੀਂ TCR ਕਾਰਡ ਲੈ ਕੇ ਤੇ ਹੋਰ ਜਾਣਾ ਜਾਂ ਉਹਦਾ ਕਰਨਾ ਫਿਰ ਲੋਕ ਹੋਰ ਵੀ ਆਪਸ਼ਨ ਕਰ ਲੈਂਦੇ ਬਾਹਰੋਂ ਕਰ ਲੈਂਦੇ ਠੀਕ ਹੈ ਜੇ ਮੰਨ ਲਓ ਤੁਸੀਂ ਇੱਥੇ ਐਕਟੀਵਿਟੀ ਖਲਾਈ ਹੋਈ ਆ ਕਿ ਆਪਣੇ ਉੱਤੇ ਇੰਡੀਪੈਂਡੈਂਡ ਹੋਏ ਹੋ ਤੁਸੀਂ ਆਪਣਾ ਖੁਦ ਦਾ ਕੰਮ ਕਰਦੇ ਪਿਓ ਫਿਰ 1 ਸਾਲ ਲਈ ਜਿਹੜਾ ਕਿ ਟੈਕਸ ਫ੍ਰੀ ਹੁੰਦਾ ਆ ਥੋੜੇ ਬਹੁਤੇ ਪੈਸੇ ਘੱਟ ਦੇਣੇ ਪੈਂਦੇ ਆ ਠੀਕ ਹੈ ਥੋੜਾ ਜਿਹਾ ਦਿਨਾ ਬਿੰਦਾ ਪਰ ਕੁਛ ਨਹੀਂ ਉਹਦੇ ਵਿੱਚ ਇਹ ਹੈ ਕਿ ਤੁਹਾਡਾ ਕਾਰਡ ਵੀ ਰੀਨਿਊ ਹੋ ਜਾਂਦਾ ਤੁਹਾਡਾ ਕੰਮ ਆਪਦਾ ਵੈ ਸੋ ਉਹਦੇ ਵਿੱਚ ਥੋੜਾ ਹੋ ਜਾਂਦਾ ਆ ਸੋ ਵੀਰ ਮੇਰੇ ਇਹ ਹੀ ਸੀਗੀ ਅੱਜ ਦੀ ਵੀਡੀਓ ਕਿ ਕੱਪੜੇ ਪਹਿਣ ਪਰਾ ਬਹੁਤ ਪੁੱਛਦੇ ਆ ਕਿ ਸਾਨੂੰ ਟੈਕਸ ਦੇਣੇ ਪੈਣਗੇ ਜਾਂ ਕਿੱਦਾਂ ਹੈ ਜਾਂ ਨਾ ਦਈਏ ਤੇ ਚੱਲ ਪੂਗਾ ਵੇਖੋ ਬਿਰੋਜਿਤ ਲੈਣਾ ਇੱਥੇ ਰਹਿਣਾ ਤੁਸੀਂ ਲੰਮੇ ਟਾਈਮ ਲਈ ਜੇਤ ਲੈਣੇ ਪੇਪਰ ਵੀ ਲੈਣੇ ਕਾਹਤ ਕਾਰਡ ਵੀ ਲੈਣਾ ਤੇ ਪਾਸਪੋਰਟ ਵੀ ਲੈਣਾ ਮੈਂ ਰੈਡ ਪਾਸਪੋਰਟ ਵੀ ਲੈਣਾ ਹੈ ਨੈਸ਼ਨਲਟੀ ਪੁਰਤਗਾਲ ਦੀ ਫਿਰ ਤੁਹਾਨੂੰ ਜਿਹੜੇ ਕਿ ਟੈਕਸ ਲਗਾਤਾਰ ਹੀ ਦੇਣੇ ਪੈਣੇ ਜਿੰਨੇ ਟੈਕਸ ਦੋਗੇ ਉਹਨਾਂ ਦਾ ਸਟੇਟਸ ਵਧੀਆ ਬਣਦਾ ਹੈ 19 ਜਲਦੀ ਜਿਹੜਾ ਕਿ ਵਧੀਆ ਪ੍ਰੋਸੈਸ ਹੁੰਦਾ ਹੈ ਬੰਦੇ ਦਾ ਸੋ ਵੀਰ ਮੇਰਿਓ ਇਸ ਵੀਡੀਓ ਨੂੰ ਜਿੰਨੇ ਵੀ ਆਪਣੇ ਭੈਣ ਭਰਾ ਦੇਖਦੇ ਹੋ ਸ਼ੇਅਰ ਕਰਿਆ ਕਰੋ ਆਪਾਂ ਨੂੰ ਫੇਸਬੁੱਕ ਤੇ ਵੀ ਫੋਲੋ ਕਰੋ Instagram ਦਿੱਤੇ ਵੀ ਮੈਂ ਤੁਹਾਨੂੰ ਇੱਥੇ ਪਾ ਦੂੰਗਾ ਉਸ ਤੇ ਉੱਤੇ ਜਾ ਕੇ ਵੀ ਸਾਨੂੰ ਫੋਲੋ ਕਰ ਲੇ ਜੇ ਤੁਹਾਡਾ ਕੋਈ ਸਵਾਲ ਹੁੰਦਾ ਮੈਂ ਟਾਈਮ ਟੂ ਟਾਈਮ ਜਿਹੜਾ ਕਿ ਨਾਲ ਦੇ ਨਾਲ ਰਿਪਲਾਈ ਜ਼ਰੂਰ ਕਰਦਾ ਆ ਭਾਵੇਂ ਥੋੜੇ ਟਾਈਮ ਬਾਅਦ ਕਰਾਂ ਚਾਹੇ ਜਿੱਦਾਂ ਮਰਜੀ ਆਪਣੇ ਭੈਣ ਭਰਾਵਾਂ ਨੂੰ ਬਹੁਤ ਰਿਪਲਾਈ ਦਿਨਾਂ ਸਾਰਿਆਂ ਨੂੰ ਸੋ ਵੀਰ ਮੇਰੀ ਇਹੀ ਸਿੱਗੀ ਵੀਡੀਓ ਟੈਕਸ ਤੁਹਾਨੂੰ ਦੇਣੇ ਹੀ ਪੈਣੇ ਆ ਤੇ ਬਾਕੀ ਇਸ ਵੀਡੀਓ ਨੂੰ